ਏ ਆਕਾਸ਼ ਵਾਣੀ ਜੰਮੂ ਹੈ ਸਨਾਂ ਖਬਰ ਚ ਤੁੰਦਾ ਸਵਾਗਤ ਪਲੇ ਮੁਖ ਮੁਖ ਖਬਰੇ ਕਨੇ ਮੈਂ ਪੂਨਮ ਡੋਗਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਰਹੇ ਭਾਰਤੀ ਫੌਜ ਲਈ ਆਕਾਸ਼ ਥਿਆਰ ਪ੍ਰਣਾਲੀ ਤੇ ਥਿਆਰ ਦਾ ਪਤਾ ਲਾਣੇ ਸਰਬੰਧੀ 12 W L R ਸਵਾਤੀ ਰਡਾਰ ਦੀ ਖੁਸ਼ ਖਰੀਦ ਲਈ ਠੇਕੇ ਉੱਪਰ ਦਸਤਕਤ ਕੀਤੇ ਜਾਣੇਗੀ ਇੱਕ ਸਵਾਗਤਯੋਗ ਘ ਘਰਾਰ ਦਿੱਤਾ ਹੈ ਬੋਪਾਲ ਚ त्रोने सेनाएं के कमांडरें का एक सांझा सम्मेलन लोया जा रहा है मकसद त्रोने सेनाएं बश् आपसी तालमेल की और मता बढ़ावा देना है राष्ट्रीय जांच एजेंसी एनआईए ने उधमपुर आईईडी धमाके वाले मामले च लश्करें तैयबा गुट के दो आतंकवादियों खिलाफ आरोप पत्र दायर किया है उपराज्यपाल मनोज सिन्हा अज श्री अमरनाथ श्राइन बोर्ड की चरतानवीं बैठक की प्रधानता ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇਂ ਪਾਰਤੀ ਫੌਜ ਲਈ ਆਕਾਸ਼ ਥਿਆਰ ਪ੍ਰਣਾਲੀ ਤੇ ਥਿਆਰਿੰਦਾ ਪਤਾ ਲਾਣੇ ਸਰਬੰਦੀ 12 W L R ਸਵਾਤੀ ਰਡਾਰ ਦੀ ਖੁਸ਼ ਖਰੀਦ ਲਈ ਠੇਕੇ ਪਰ ਦਸਕਤ ਕੀਤੇ ਜਾਣੇਗੀ ਇੱਕ ਸਵਾਗਤਯੋਗ ਗੈਂ ਕਰਾਰ ਦਿੱਤਾ। ਇੱਕ ਟਵੀਟ ਰਾਹੀਂ ਮੋਦੀ ਹੋਰੇ ਆਖਿਆ ਜੇ ਇਹ ਗੈਂ ਭਾਰਤ ਦੀ ਆਤਮ ਨਿਰਭਰਤਾ ਕੀ ਬੜਾ ਵਧੇਗ ਤੇ ਟਿਕੋਦੇ ਤੋਰੇ ਪਰ ਭਲੀਆਂ ਲੌਕੇ ਲੌਕੇ ਤੇ ਦਰਮਿਆਨੇ ਦਰਜੇ ਦੇ ਉਦਯੋਗਾਂ ਲਈ ਬੜੀ ਕਾਰੀ ਦੀ ਸਾਬਤ ਹੋਗ। ਰੋਡਨ ਮੰਤਰੀ ਹੋਰੇ ਪਾਰਤੀ ਨੌ ਸੈਨਾ ਲਈ ਸਮੁੰਦਰੀ ਕੰਡੇ ਦੇ ਆਲੇ ਦੁਆਲੇ ਨਿਗਰਾਨੀ ਕਰਨੇ ਵਾਲੀ ਅਗਲੀ ਪੀੜੀ ਦੇ 11 ਗਸ਼ਤੀ ਜਹਾਜ਼ਾਂ ਤੇ ਅਗਲੀ ਪੀੜੀ ਦੀਆਂ 6 ਮਿਜ਼ਾਈਲਾਂ ਦੀ ਖਰੀਦ ਲਈ ਇੰਡੀਅਨ ਸ਼ਿਪਯਾਰਡ ਦੇ ਕੰਨ 19600 ਕਰੋੜ ਰੁਪਏ ਦਾ ਸਮਝੌਤਾ ਉਹਨੇ ਪਰ ਵੀ ਸਰਾਨਾ ਕੀਤੀ ਹੈ ਇੱਕ ਟਵੀਟ ਚ ਸ਼੍ਰੀ ਮੋਦੀਓ ਨੇ ਆਖਿਆ ਜੇ ਇਹਦੇ ਕੰਨੇ ਨੌ ਸੈਨਾ ਹੋਰ ਮਜ਼ਬੂਤ ਹੋਗ ਤੇ ਆਤਮ ਨਿਰਭਰਤਾ ਦੇ ਲਕਸ਼ ਗਿਆ ਹਾਸਲ ਕਰਨੇ ਚ ਹੋਰ ਤੇਜ਼ੀਤ ਹੋਗ ਦਿਆਨਯੋਗ ਹੈ ਕਿ ਰੱਖਿਆ ਮੰਤਰਾਲੇ ਨੇ ਭਾਰਤੀ ਫੌਜ ਲਈ ਉન્નਤ ਆਕਾਸ਼ ਹਥਿਆਰ ਪ੍ਰਣਾਲੀ ਤੇ 12 WLR ਸਵਾਤੀ ਰਡਾਰਿੰਦੀ ਖਰੀਦ ਲਈ ਭਾਰਤ ਡਾਇਨਾਮਿਕਸ ਲਿਮਿਟਿਡ ਦੇ ਕਰਨ 9160 ਕਰੋੜ ਰੁਪਏ ਸ਼ਾਮਤ ਦੇ ਸੌਦੇ ਪ੍ਰਦਰਸ਼ਿਤ ਕੀਤੇ ਹਨ ਆਕਾਸ਼ ਹਥਿਆਰ ਪ੍ਰਣਾਲੀ ਚ ਉન્નਤ ਮਿਜ਼ਾਈਲ ਤੇ ਲਾਂਚਰ ਸੰ ਹੈ ਸਹਾਇਕ ਉਪਕਰਨ ਵੀ ਸ਼ਾਮਲਨ ਇਸੀ ਰੱਖਿਆ ਅਨੁਸੰਧਾਨ ਤੇ ਵਿਕਾਸ ਸੰਗਠਨ DRDO ਨੇ ਵਿਕਸਿਤ ਕੀਤਾ ਹੈ ਬਾਈਟ ਨੌਤੀਆਂ ਕਰਨੇ ਨਿਭੜਨ ਲਈ ਉन्नत ਆਕਾਸ਼ਥਿਆਰ ਪ੍ਰਣਾਲੀ ਦੀਆਂ ਦਉ ਬਾਦੂ ਰੈਜੀਮੈਂਟ ਉੱਤਰੀ ਬੰਨੇ ਪਰਤਨਾਥ ਭਾਰਤੀ ਫੌਜ ਲਈ ਖਰੀਦੀਆਂ ਜਾਕਰਦੀਆਂ ਇਸ ਪ੍ਰੋਜੈਕਟ ਦਾ 82% ਤੇ ਸਵਦੇਸ਼ੀ ਹੈ ਜਿਸੀ 2026-27 ਤੱਕ ਅਰਬਦਾਈ ਹੈ 93% ਕਰ ਦਿੱਤਾ ਜਾਗ ਮੱਧ ਪ੍ਰਦੇਸ਼ ਦੇ ਭੋਪਾਲ ਸ਼ਹਿਰ ਚ ਰੱਖਿਆ ਮੰਤਰੀ ਰਾਜਨਾਥ ਸਿੰਘ ਗੁੰਦੀ ਮੌਜੂਦਗੀ ਚ ਤਰਵਨੇ ਸੈਨਾਇਨ ਦੇ ਕਮਾਂਡਰ ਨੇ ਦਾ ਇੱਕ ਸਾਂਝਾ ਸੰਮੇਲਨ ਲਵਾਇਆ ਜਾਕਰਦਾ ਹੈ ਇਸ ਸਮੇਲਨ ਦਾ ਮਕਸਦ ਰਾਸ਼ਟਰੀ ਸੁਰੱਖਿਆ ਤਰਉਨੇ ਫੌਜ ਦੇ ਵਿਸ਼ਕਾਰ ਤਾਲ ਮੇਲ ਬਦਾਨੇ ਤੇ ਪਵਿੱਖ ਚ ਕਿੱਥੇ ਰਲিয়ে ਕੰਮ ਕਰਨੇ ਲਈ ਥੀਏਟਰ ਕਮਾਨ ਨਾਲੇ ਫਾਰਮੈਟ ਕੀ ਅੱਗੇ ਬਦਾਨਾ ਹੈ। ਇਸ ਇਲਾਵਾ ਜੰਗ ਦੇ ਬਿਲੈ ਫੌਜ ਦੀ ਰਣਨੀਤੀ, ਰੱਖਿਆ ਮਾਮਲੇ ਚ ਆਤਮ ਨਿਰਭਰਤਾ ਤੇ ਰੱਖਿਆ ਸਰਬੰਧੀ ਤੰਤਰ ਪਰ ਵੀ ਵਿਚਾਰ ਵਿਮਰਸ਼ਿਵਾ ਕਰਦਾ ਹੈ। ਪ੍ਰਮੁਖ ਰੱਖਿਆ ਅਧਿਐਖ ਜਨਰਲ ਅਨਿਲ ਚੋਹਾਨ, ਸੈਨਾ ਪ੍ਰਮੁਖ ਜਨਰਲ ਮਨੋਜ ਪਾਂਡੇ, 에ਅਰ ਚੀਫ ਮਾਰਸ਼ਲ ਵੀ ਆਰ ਚੌਧਰੀ ਤੇ ਨੌਸੈਨਾ ਪ੍ਰਮੁਖ ਐਡਮਿਰਲ ਆਰ ਹਰੀ ਕੁਮਾਰਨ ਦੇ ਸੰਨ ਤਰਉਨੇ ਫੌਜ ਦੇ ਸ਼ੀਰਸ਼ ਕਮਾਂਡਰ ਇਸ ਸੰਮੇਲਨ ਚ ਸਲਾਹ ਸੰਮੇਲਨ ਦਾ ਵਿਸ਼ਾ ਸਾਰ ਹੈ ਰੈਡੀ ਰਿਸਰਜੈਂਟ ਐਂਡ ਰੈਲੇਵੈਂਟ ਪ੍ਰਧਾਨ ਮੰਤਰੀ ਹੋਰ ਕੱਲ ਇਸ ਸੰਮੇਲਨ ਦੀ ਸੰਬੋਧਿਤ ਕਰਨਨ ਮੌਜੂਦਾ ਅਲਾਦ ਦੀ ਦੇਖਤੀ ਹੋਈ ਸੰਮੇਲਨ ਦੀ ਮਤਮਤਪੂਰਨ ਮੰਨਿਆ ਜਾਂਦਾ ਹੈ ਜੰਗ ਦੇ ਅਲਾਦ ਚ ਫੌਜੀ ਰਣਨੀਤੀ ਰੱਖਿਆ ਖੇਤਰ ਚ ਆਤਮ ਨਿਰਭਰਤਾ ਤੇ ਰੱਖਿਆ ਸਰਬੰਧੀ ਤੰਤਰ ਪਰ ਵੀ ਵਿਚਾਰ ਵਿਮਰਸ਼ ਕੀਤਾ ਜਾਂਦਾ ਹੈ ਰਾਸ਼ਟਰੀ ਜਾਂਚ ਏਜੰਸੀ NIA ਨੇ ਉਦੰਪੁਰ ਚ IED ਤਮਾਕੀਆਂ ਵਾਲੇ ਮਾਮਲੇ ਚ ਲਸ਼ਕਰੇ ਤਾਇਬਾ ਗੁੱਟ ਦੇ ਨਵੇਂ ਅਤੰਕਵਾਦੀਆਂ ਖਿਲਾਫ aarop patra daair kita ਐਨਆਈਏ ਮੁਜਬ ਮੁਹੰਮਦ ਅਸਲਮ ਸ਼ੇਖ ਉਰਫ ਆਦਿਲ ਤੇ ਮੁਹੰਮਦ ਅਮੀਨ ਬਟ ਉਰਫ ਅਬੂ ਖੁਬੈਬ ਉਪਰ ਆਰੋਪ ਹੈ ਜੇ ਉਹ ਜੰਮੂ ਚ ਆਤੰਕਵਾਦ ਦੀ ਪਰਤੀ ਜਿੰਦਾ ਕਰਨ ਦਾ ਸ਼ਡਿਆੰਤਰ ਰਚਾ ਕਰਦੇ ਹੇ ਐਨਆਈਏ ਨੇ 15 ਨਵੰਬਰ 2022 ਦੀ ਇਸ ਮਾਮਲੇ ਦੀ ਜਾਂਚ ਦਾ ਜ਼ਿੰਮਾ ਸੰਭਿਆ ਹੈ ਧਿਆਨ ਜੋ ਗਏ ਜੇ ਬਰੇ 2022 ਬਾਈ ਚ 28 ਸਤੰਬਰ ਕੀ ਆਦਿਲ ਨੇ ਉਦਮਪੁਰ ਤੇ ਬਸੰਤਗੜ੍ਹ ਵਿਚਕਾਰ ਚੱਲਣ ਵਾਲੀ ਦੋ ਬੱਸਾਂ ਚ ਆਈਈਡੀ ਲਾਈਆਂ ਹੀਆਂ ਇਹਦੇ ਕਰੀ ਇੱਕ ਤਮਾਕਾ 28 ਸਤੰਬਰ ਦੀ ਰਾਤੀ ਲੈ ਤੇ ਦੂਆ ਤਮਾਕਾ 29 ਸਤੰਬਰ ਕੀ ਬਦਲਿਆ ਹੋਆ ਖਾ ਐਨਾ ਇਹ ਮੁਜਬ ਆਦਲ ਨੇ ਆਪਣੀ ਗ੍ਰਿਫਤਾਰੀ ਦੇ ਬਾਅਦ ਪਵਿੱਖ ਚਕ ਕੀਤੀ ਜਾਣ ਵਾਲੇ ਔਰ ਨੇ ਅਮਲੇ ਬਾਰੇ ਜਾਣਕਾਰੀ ਦਿੱਤੀ ਹੀ ਜਿਹਦੇ ਪ੍ਰੰਤ ਸੁਰੱਖਿਆ ਬਲ ਨੇ ਡਾਊਂ ਔਰ ਆਈਈਡੀ ਟ੍ਰੈਸਟਿਕੀ ਬੰਬ ਟ੍ਰੈ ਡੈਟੋਨੇਟਰ ਤੇ ਕਿਸ਼ ਔਰ ਅਸਲਾ ਬਰਾਮਦ ਕੀਤਾ ਇਹ ਸਾਰਾ ਅਸਲਾ ਆਦਲ ਕੀ ਪਾਕਿਸਤਾਨ თਮਾ ਅਸਲ ਉਹਦਾ ਹੈ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨੋ ਨੇ ਆਖਿਆ ਜੇ ਭਾਰਤਵਾਸੀਆ ਕੀਤੀ ਜਾ ਕਰਦੀ G20 ਸਮੂਹ ਦੀ ਪ੍ਰਧਾਨਤਾ ਵਸੂਦੇਵ ਕਟੂਮਬਕਮ ਦੀ ਪਵਨਾ ਕਰਨ ਨਾਲ ਜੁੜੀ ਦੀ ਹੈ ਤੇ ਇਸ ਨੇ ਕੁਲ ਸੰਸਾਰੀ ਪਾਈਚਾਰੇ ਦੇ ਆਪਣੇ ਸੰਦੇਸ਼ ਦਿੱਦਾਂ ਮੂਹਰ ਪੂਰੀ ਦੁਨੀਆ ਦਾ ਧਿਆਨ ਆਪਣੀ ਬਖੀਆ ਅਕਰਸ਼ਿਤ ਕੀਤਾ ਹੈ ਮੁਰਲੀਧਰਨੋ ਨੇ ਕੇਰਲ ਦੇ ਕੁਮਾਰਕੋਮ ਚ ਦੁਈ ਸ਼ੇਰਪਾ ਬੈਠਕ ਦੇ ਖੁੱਲੇ ਇਜਲਾਸ ਚ ਇੱਕ ਗਲਾ ਲਾਖੀ ਉਹਨੇ ਗਲਾ ਆ ਜੇ ਪਰਿਆਵਰਣ ਦੇ ਅਨੁਕੂਲ ਵਿਕਾਸ डिजिटल व्यवस्था दियां बुनियादी सुल्ता समावेशी ते तेज रफ्तार विकासन है महिलाएं दे नेतृत्व वाला विकास जी20 दियां प्रमुख प्राथमिकतान ते संगठन दे सबने सदस्य मुल्क इनदे पर सहमति जाहिर कीती थी है विदेश राज्य मंत्री औरे मेतजार कीती जे बैठक च हिस्सा लया करदे प्रतिनिधिगी उनहेंत अगर कीते केदे कम में ते तय लक्ष्यं की हासिल करने दी रूपरेखा बारे भी जानकारी देती जाग ਅਕਾਸ਼ਵਾਣੀ ਪਾਸਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀਉਂ ਦੇ ਮਨ ਕੀ ਬਾਤ ਕਾਰਕ੍ਰਮ ਉਪਰ ਇੱਕ ਵਿਸ਼ੇਸ਼ ਸ਼੍ਰੇਂਖਲਾ ਸ਼ੁਰੂ ਕੀਤੀ ਗਈ ਹੈ ਜਿਹੜੀ ਪ੍ਰਧਾਨ ਮੰਤਰੀਉਂ ਦੇ ਮਨ ਕੀ ਬਾਤ ਕਾਰਕ੍ਰਮ ਦੇ ਇਸ ਬਰੇ ਅਪ੍ਰੈਲ ਮੀ ਨੇ 100 ਐਪੀਸੋਡ ਪੂਰੇ ਹੋ ਜਾਣ ਦੇ ਸਰਬੰਧ ਚ ਚਲਾਈ ਜਾ ਕਰ ਦਿੱਤੀ ਹੈ ਇਸ ਸ਼੍ਰੇਂਖਲਾ ਤੇ ਇਸ ਬਾਰੀਆ ਹੋਂ ਸੁਣਚ ਪ੍ਰਧਾਨ ਮੰਤਰੀਉਂ ਦੇ ਪਾਸਿਆ ਮਨ ਕੀ ਬਾਤ ਦੀ ਉਸ ਕੜੀ ਦਾ ਇੱਕ ਲੌਕਾ ਚ ਨੇ ਅੰਸ਼ ਜਿਤੇ ਚੁਨੇ ਐਮਰਜੈਂਸੀ ਦੇ ਦਿਨੇ ਦਰਾਨ ਲੋਕਤੰਤਰ ਪਰ ਬਨੇ ਦੇ ਖਤਰੇ ਦਾ ਜ਼ਿਕਰ ਕੀਤਾ ਹੈ लोकतंत्र के प्रति नित्य जागरूकता जरूरी होती है और इसलिए लोकतंत्र को आघात करने वाली बातों को भी स्मरण करना होता है और लोकतंत्र की अच्छी बातों की दिशा में आगे बढ़ना होता है उन्नीस सौ जून वो ऐसी काली रात थी जो कोई भी लोकतंत्र प्रेमी भुला नहीं सकता है कोई भारतवासी भुला नहीं सकता है एक प्रकार से देश को जेल खाने में बदल दिया गया था विरोधी स्वर को दबोच दिया गया था जयप्रकाश नारायण सहित देश के गणमान्य नेताओं ने को जेलों में बंद कर दिया था न्याय व्यवस्था भी आपातकाल के उन रूप की छाया से बच नहीं पाई थी आकाशवाणी जम्मू थवा पूनम डोगरा उपराज्यपाल मनोज सिन्हा श्री अमरनाथ श्राइन बोर्ड दी की चरतलवी बैठक की प्रधानता की ਇਸ ਦੌਰਾਨ ਬਖ ਬਖ ਪਰਿਯੋਜਨਾਵਾਂ ਤੇ ਕੰਮਾਂ ਬਾਰੇ ਤਫਸੀਲੀ ਚਰਚਾ ਕੀਤੀ ਗਈ ਸ਼੍ਰਾਈਨ ਬੋਰਡ ਦੇ ਮੈਂਬਰਾਂ ਮੀਟਿੰਗ 'ਚ ਅਮਨਾਥ ਯਾਤਰਾ ਦੀ ਸੁਚਾਰੂ ਢੰਗਾਂ ਕਨੇ ਚਲਾਣੇ ਸਰਬੰਧੀ ਮਹੱਤਵਪੂਰਨ ਸੁਝਾਅ ਸਾਂਝੇ ਕੀਤੇ ਉਪ ਰਾਜਪਾਲ ਹੁੰਦੇ ਪ੍ਰਮੁੱਖ ਸਚਿਵ ਤੇ ਸ਼੍ਰੀ ਅਮਨਾਥ ਸ਼੍ਰਾਈਨ ਬੋਰਡ ਦੇ ਸੀਈਓ ਡਾਕਟਰ ਮਨਦੀਪ ਕੇ ਬੰਡਾਰੀ ਹੋਰੇ ਇਸ ਮੌਕੇ ਅਮਨਾਥ ਯਾਤਰਾ 2023 ਕਨੇ ਜੁੜੇ ਦੇ ਬਕ ਬਕ ਪਹਿਲੂਆਂ ਬਾਰੇ ਤਫਸੀਲੀ ਪੇਸ਼ਕਾਰੀ ਸਾਂਝੀ ਕੀਤੀ ਮੀਟਿੰਗ ਦੌਰਾਨ ਬੀਆਰਓ ਦੇ ਚੀਫ ਇੰਜੀਨੀਅਰੋ ਨੇ ਵੀ ਯਾਤਰਾ ਦੇ ਪੱਖ-ਪੱਖ ਰਸਤੇ ਦੇ ਰੱਖ-ਰਖਾਵ ਤੇ ਵਿਕਾਸ ਸਰਬੰਧੀ ਕੰਮੇ ਬਾਰੇ تفصیلی ਜਾਣਕਾਰੀ ਦਿੱਤੀ ਉਪਰਾਸ਼ਟਪਤੀ ਜਗਦੀਪ ਦਣਖੜੋ ਨੇ ਆਖਿਆ ਜੇ ਭਾਰਤ ਅੱਜ ਦੁਨੀਆ ਦਾ ਸਭਨੇ ਸ਼ਾਮਤ ਆ ਜੀਵੰਤ ਲੋਕਤੰਤਰ ਹੈ ਕੰਨ ਮੇ ਦਿੱਲੀ ਚ ਰਾਈジング ਇੰਡੀਆ ਸ਼िखर ਸੰਮੇਲਨ ਦੇ ਸਮਾਪਨ ਕਾਰਜਕ੍ਰਮ ਚ ਸ਼੍ਰੀ ਦਣਖੜੋ ਨੇ ਆਖਿਆ ਜੇ ਭਾਰਤ ਸਭਨੇ ਸ਼ਾਮਤ ਦਾ ਲੋਕਤੰਤਰ ਨਹੀਂ ਸਗੁਆ ਲੋਕਤੰਤਰ ਦੀ ਜਨਨੀ ਵੀ ਹੈ ਉਨੇ ਆਖਿਆ ਜੇ ਮੁਲਖ ਦੀਆਂ ਸੰਵਿਧਾਨਿਕ ਸੰਸਥਾ ਮਜ਼ਬੂਤ ਤੇ ਸੁਤੰਤਰਨ ਉਪਰਾਸ਼ਟਪਤੀਓ ਨੇ ਵੀ ਆਖਿਆ ਜੇ ਅਸੀਂ ਕਿ ਆਪਣੇ ਮੁਲਖ ਦੀ ਸਵਨੇਸ਼ਾ ਅੱਗੇ ਰੱਖਣਾ ਉਗ ਉਨੇ ਆਖਿਆ ਜੇ ਕੋਈ ਵੀ ਇਤ ਵਪਾਰ ਜਾਂ ਔਰ ਕੋਈ ਕੰਮ ਰਾਸ਼ਟਰ ਦੇ ਇਤ ਤਮਾ ਉੱਪਰ ਨਹੀਂ ਹੋ ਸਕਦਾ ਬਕਬਕ ਖੇਤਰਾਂ ਚ ਗੈਰ ਮਾਮੂਲੀ ਉਪਲਬਧੀਆਂ ਹਾਸਲ ਕਰਨ ਵਾਲੇ ਭਾਰਤੀਆਂ ਦੇ ਪ੍ਰਤੀ ਸਨਮਾਨ ਦੇ ਰੂਪ ਚ ਦਨਖੜੋ ਰਹੇ ਸਭਨੇ ਲੋਕਾਂ ਕੀ ਇਤਹਾਸਿਕ ਉਪਲਬਧੀਆਂ ਪਰ ਗਰਵ ਕਰਨ ਦੇ ਸਗੰਤ ਚੁਕਨੇ ਦਾ ਆਹਵਾਨ ਕੀਤਾ ਉਨੇ ਆਖਿਆ ਜੇ ਹੂੰ ਸਮਾਈਗੇ ਦਾ ਤੇ ਜਿਸਲੇ ਸਭ ਨੇ ਕੀ ਇਹ ਅਹਿਸਾਸ ਹੋਈ ਜਾਣਾ ਲੋੜਛਦਾ ਹੈ ਜੇ ਲੋਕਤੰਤਰ ਚ ਕੋਈ ਵੀ ਕੁਸਾ ਵੀ ਆਧਾਰ ਉਪਰ ਇਹ ਦਾਵਾ ਨਹੀਂ ਕਰ ਸਕਦਾ ਜੇ ਉਹ ਕਾਨੂੰਨ ਦਾ ਦੀ ਪੁਜਥਮਾ ਉਪਰ ਆ ਉਨੇ ਆਖਿਆ ਜੇ ਕੋਈ ਕਿੰਨਾ ਵੀ ਵੱਡਾ ਕੀ ਨਹੀਂ ਹੋਏ ਕਾਨੂੰਨ ਉਹਦੇ ਸ਼ਾਂ ਵੀ ਵੱਡਾ ਹੈ ਪਾਕਿਸਤਾਨ ਦੀ ਇੱਕ ਅਦਾਲਤ ਹੈ ਮਹਿਲਾ ਨਿਆਦੇਸ਼ ਕੀ ਕਥਿਤ ਤੋਰਾ ਪਰ ਦਮਕਾ ਨੇ ਦੀ ਮਾਮਲੇ ਚ ਪਾਕਿਸਤਾਨ ਤਹਿਰੀਕ ਇਨਸਾਫ ਪਾਰਟੀ ਦੇ ਪ੍ਰਮੁੱਖ ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਹੈ ਇਸਲਾਮਾਬਾਦ ਦੇ ਨਾਇਕ ਮੈਜਿਸਟ੍ਰੇਟ ਮਲਿਕ ਅਮਾਨ ਨੇ ਅਦਾਲਤ ਚ ਵਿਅਕਤੀਗਤ ਤੋਰਾ ਪਰ ਮੌਜੂਦ ਰੋਣੇ ਥਮਾ ਛੂਟ ਦਿੱਤੇ ਜਾਣੇ ਸਰਬੰਧੀ ਇਮਰਾਨ ਖਾਨ ਦੀ ਜਾਚਿਕਾ ਵੀ ਖਾਰਜ ਕਰ ਦਿੱਤੀ ਹੈ ਨਦੀਸ਼ੋਰੀ ਦੇ ਅਧਿਕਾਰੀਆਂ ਗੀ ਹੁਕਮ ਦਿੱਤਾ ਜਿਓ ਇਮਰਾਨ ਖਾਨ ਉਰੇਗੀ 18 April ਤੱਕ ਅਦਾਲਤਾਂ ਚ ਪੇਸ਼ ਕਰਨ ਰਾਈਬਾਈ ਮੈਕਮੇ ਦੇ ਅਤਿਰਿਕ ਮੁੱਖ ਸਚਿਵ ਅਟਲ ਡੁਲੂਵਰੇ ਅੱਜ ਸਿਵਲ ਸਚਿਵਾਲੇ ਚ ਇੱਕ ਮੀਟਿੰਗ ਲੁਆਈਏ ਰਾਈਬਾਈ ਖੇਤਰ ਦੇ ਪੂਰੇ ਪ੍ਰਾਤੇ ਵਿਕਾਸ ਦੇ ਪ੍ਰੋਗਰਾਮ ਗੀ ਬੜਾਵਾ ਦੇਣੇ ਸਰਬੰਧੀ ਮੁਹਿੰਮ ਦਾ ਜਾਇਜ਼ਾ ਲੇਤਾ ਇਸ ਮੌਕੇ ਉਪਰ ਟੈਕਨੀਕਲ ਮਾਹਰੇ ਆਸਿਆ ਮੁਤਲਕਾ ਮੁਹਿੰਮ ਦੇ ਬਾਕ-ਬਾਕ ਪੈਲੂਆਂ ਉਪਰ ਪਾਵਰਪੁਆਇੰਟ ਪੇਸ਼ਕਾਰੀ ਕੀਤੀ ਗਈ मीटिंग दौरान अतिरिक्त मुख्य सचिव अटल डुलू और गलाया इस मुहिम का उद्देश्य किसाने जम्मू कश्मीर केंद्र शासित प्रदेश ते केंद्र आसिया प्रायोजित रईबाई करनेबंधत ब्यक्रमें बारे जानकारी देना है इस मुहिम तहत किसाने की प्रधानमंत्री किसान सम्मान निधि प्रधानमंत्री फसल बीमा योजना प्रधानमंत्री कृषि सिंचाई योजना ते होने दुइय कल्याणकारी सकमें बारे जानकार ਪੁਨਚ ਜ਼ਿਲ੍ਹੇ ਦੀ ਨੰਤਰ ਰੇਖਾ ਕਾਚੇ ਅਜਿ ਸੁਰੱਖਿਆ ਬਲ ਨੇ ਪਾਕਿਸਤਾਨ ਚ ਬਣੇ ਦੇ ਇੱਕ ਬੁਰਾਣੇ ਮੋਟਰ ਸ਼ੈੱਲ ਬ੍ਰਾਹਮਤ ਕੀਤਾ। ਜ਼ਿਲ੍ਹੇ ਦੇ ਸ਼ਾਹਪੂਰ ਇਲਾਕੇ ਚ ਚਲਾਰ ਦੇ ਇੱਕ ਨਿਰਮਾਨ ਕੰਮ ਦੌਰਾਨ ਇਹ ਮੋਟਰ ਸ਼ੈੱਲ ਬ੍ਰਾਹਮਤ ਕੀਤਾ ਗਿਆ ਜਿਸਿ ਮਗਰਾ ਨਕਾਰਾ ਬਣਾਈ ਦਿੱਤਾ ਗਿਆ। ਸੈਨਾ ਨੇ ਅਜਖਨੂਰ ਦੇ ਖੋੜ ਇਲਾਕੇ ਦੇ ਲੋਕਾਂ ਦੇ ਅਰੋਗ્ય ਤੇ ਨਰੋਈ ਜੀਵਨ ਚਾਲੇ ਕੀ ਬੜਾਵਾ ਦੇਣ ਲਈ ਯੋਗ ਆਲੇ ਇੱਕ ਕਾਰਜਕਰਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਚ ਗ੍ਰਾਂਦੇ ਲੋਕਾਂ ਇਸਲਾਤਾ। ਅੱਜ ਜੰਮੂ ਕਸ਼ਮੀਰ ਦੇ ਕਈ ਇਸਾਂਚੇ ਰੁਕੀ ਰੁਕੀ ਹਲਕੇ ਥਮਾ ਦਰਮਿਆਨੇ ਦਰਜੇ ਦੀ ਬਰਖਾ ਪੋਂਦੀ ਰਹੀ ਜਿਹਦੇ ਕਰੀ ਤਾਪਮਾਨ ਨੇ ਇੱਕ ਬਾਰੀ ਪਰਤੀਆ ਆਪਣਾ ਮિજાਜ ਬਦਲੀ ਦਿੱਤਾ ਮੌਸਮ ਵਿਭਾਗ ਨੇ ਅਗਲੇ 2 ਦਿਨ ਜੰਮੂ ਕਸ਼ਮੀਰ ਚ ਹਲਕੀ ਥਮਾ ਦਰਮਿਆਨੇ ਦਰਜੇ ਦੀ ਬਰਖਾ ਪੋਣੇ ਦੀ ਪੇਸ਼ੰਗੋਈ ਕੀਤੀ ਹੈ ਜੰਮੂ ਦੇ ਚਾਹੂ ਜ਼ਿਲ੍ਹੇ ਡੋਡਾ ਕਸ਼ਤਵਾਰ ਪੁੰਛ ਤੇ ਰਜੋਰੀ ਦੀ ਉੱਚੀਆਂ ਥਾਰਿਆਂ ਉੱਪਰ ਬਰਫੂ ਦੇ ਲਾਸਤੋਦੇ ਪੋਣੇ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਤੇ ਇਹ ਦੇ ਕਹਨੇਗੇ ਇਸ ਬਲੇ ਦਾ ਇਹ ਬੁਲੇਟਿਨ ਸਮਾਪਤ ਹੋ ਆ